ਗੁੱਡ ਮਾਰਨਿੰਗ ਟੂ ਆਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ 27th of June 2020 ਨੂੰ ਆਇਲਸ ਐਗਜ਼ਾਮ ਹੋਣਾ, ਤਾਂ ਉਸ ਦਿਨ ਜਿਹੜਾ ਇਗਜ਼ਾਮ ਹੋਣਾ ਉਹ ਅਕੈਡਮਿਕ ਅਤੇ ਜਨਰਲ ਦੋਨਾਂ ਦਾ ਇਗਜ਼ਾਮ ਆ। ਸੋ ਤੁਹਾਨੂੰ ਪਤਾ ਹੀ ਹੈ ਜਦੋਂ ਵੀ ਇਗਜ਼ਾਮ ਹੋਣ ਵਾਲਾ ਹੁੰਦਾ ਅਸੀਂ ਤੁਹਾਡੇ ਸਾਹਮਣੇ ਪ੍ਰੈਡਿਕਸ਼ਨ ਦੀ ਵੀਡੀਓ ਅਪਲੋਡ ਕਰਦੇ ਹਾਂ। ਪ੍ਰੈਡਿਕਸ਼ਨ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਲਿਸਨਿੰਗ, ਰੀਡਿੰਗ ਔਰ ਰਾਈਟਿੰਗ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਟੋਪਿਕਸ ਤਿਆਰ ਕਰਨੇ ਨੇ ਜਿਹੜੇ ਹੈਲਪਫੁਲ ਹੋਣਗੇ ਤੁਹਾਡੇ ਇਗਜ਼ਾਮ ਦੇ ਲਈ। ਸੋ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ 27th of June ਜੋ ਇਗਜ਼ਾਮ ਹੋਣਾ ਹੁੰਦੀ ਸੀ ਪ੍ਰੈਡਿਕਸ਼ਨ ਦੀ ਵੀਡੀਓ ਤੁਹਾਡੇ ਸਾਹਮਣੇ ਅਪਲੋਡ ਕਰਨ ਲੱਗੇ ਹਾਂ, ਜਿਹਦੇ ਵਿੱਚ ਤੁਹਾਨੂੰ ਅਸੀਂ ਹਰ ਚੀਜ਼ ਬਾਰੇ ਦੱਸਾਂਗੇ, ਲਿਸਨਿੰਗ ਦਾ ਲੈਵਲ, ਰੀਡਿੰਗ ਦਾ ਲੈਵਲ ਔਰ ਰਾਈਟਿੰਗ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਟੋਪਿਕਸ ਤਿਆਰ ਕਰਨੇ ਨੇ ਜਿਹਦੇ ਨਾਲ ਤੁਹਾਡੇ ਜਿਹੜੇ ਬੈਂਡ ਸਕੋਰ ਆ ਬਹੁਤ ਵਧੀਆ ਆਉਣਗੇ। ਸੋ ਬਿਨਾਂ ਸਕਿੱਪ ਕੀਤੇ ਤੁਸੀਂ ਇਹ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਹੁਣ ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਪਹਿਲਾਂ ਆਪਾਂ ਗੱਲ ਕਰਾਂਗੇ ਜਿਹੜਾ ਮੋਡਿਊਲ ਫਸਟ ਉਹ ਹੈ ਲਿਸਨਿੰਗ। ਲਿਸਨਿੰਗ ਦੇ ਵਿੱਚ ਜੇ ਆਪਾਂ ਗੱਲ ਕਰੀਏ ਪਾਰਟ 1 ਦੀ, ਪਾਰਟ 1 ਦੇ ਵਿੱਚ ਤੁਹਾਡੇ ਕੋਲ ਚਾਂਸਿਸ ਨੇ ਆਉਣ ਦੇ ਕੰਪਲੀਟ ਦਾ ਫਲੋ ਚਾਰਟ ਪਲੱਸ ਆਨਸਰ ਦਾ ਕੁਐਸਚਨਸ, ਜਿਹਦਾ ਲੈਵਲ ਹੋਊਗਾ ਮੋਡਰੇਟ। ਫਿਰ ਉਸ ਤੋਂ ਬਾਅਦ ਗੱਲ ਕਰੀਏ ਪਾਰਟ 2 ਦੀ, ਪਾਰਟ 2 ਦੇ ਵਿੱਚ ਤੁਹਾਡੇ ਕੋਲ ਆਉਣਗੇ ਫਿਲਪਸ, ਨਾਲ ਦੀ ਨਾਲ ਤੁਹਾਡੇ ਕੋਲ MCQ ਆ ਸਕਦੇ ਨੇ ਜਿਹੜੇ ਈਜ਼ੀ ਹੋਣਗੇ, ਤੁਸੀਂ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹੋ। ਫਿਰ ਉਸ ਤੋਂ ਬਾਅਦ ਪਾਰਟ 3 ਦੇ ਵਿੱਚ ਲਾਸਟ MCQ ਪੁੱਛੇ ਜਾਣਗੇ ਤੁਹਾਡੇ ਤੋਂ, ਦੋ ਤਿੰਨ ਪਰਸਨਸ ਦੇ ਵਿੱਚ ਕਨਵਰਸੇਸ਼ਨ ਹੋਊਗੀ, ਤਾਂ ABC ਤਿੰਨ ਆਪਸ਼ਨਸ ਆਉਣਗੇ, ਜਿਹੜਾ ਤੁਹਾਨੂੰ ਸਹੀ ਲੱਗਦਾ ਹੈ ਉਹਦੇ 'ਤੇ ਤੁਸੀਂ ਟਿੱਕ ਕਰ ਸਕਦੇ ਹੋ ਔਰ ਇਹਦਾ ਲੈਵਲ ਹੋਊਗਾ ਈਜ਼ੀ ਟੂ ਮੋਡਰੇਟ। ਫਿਰ ਉਸ ਤੋਂ ਬਾਅਦ ਪਾਰਟ 4 ਦੇ ਵਿੱਚ ਤੁਹਾਡੇ ਕੋਲ ਬਲੈਂਕਸ ਆਣਗੇ, ਜਿਹੜੇ 1 ਵਰਡ ਹੋਣਗੇ, ਸਿਰਫ ਇੱਕ ਵਰਡ ਲਿਖਣਾ ਹੋਊਗਾ ਤੁਹਾਨੂੰ ਪੂਰੀ ਲਾਈਨ ਪੜ੍ਹ ਕੇ। ਸੋ ਉਹਦਾ ਲੈਵਲ ਹੋਊਗਾ ਈਜ਼ੀ। ਜੇ ਓਵਰਆਲ ਗੱਲ ਕਰੀਏ ਆਪਾਂ, ਜਿਹੜੀ ਲਿਸਨਿੰਗ ਹੋਊਗੀ ਉਹ ਈਜ਼ੀ ਟੂ ਮੋਡਰੇਟ ਹੋਊਗੀ। ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਰੀਡਿੰਗ। ਜਿਹੜੀ ਰੀਡਿੰਗ ਹੁੰਦੀ ਆ ਉਹ ਅਕੈਡਮਿਕ ਅਤੇ ਜਨਰਲ ਵਾਲਿਆਂ ਦੀ ਅਲੱਗ ਅਲੱਗ ਹੁੰਦੀ ਆ, ਤਾਂ ਸਭ ਤੋਂ ਪਹਿਲਾਂ ਆਪਾਂ ਅਕੈਡਮਿਕ ਵਾਲਿਆਂ ਦੀ ਗੱਲ ਕਰਾਂਗੇ ਕਿ ਅਕੈਡਮਿਕ ਵਾਲਿਆਂ ਦੇ ਵਿੱਚ ਜਿਹੜੀ ਰੀਡਿੰਗ ਆ ਉਹ ਕਿਸ ਤਰ੍ਹਾਂ ਦੀ ਆਊਗੀ। ਸੋ ਪੈਸੇਜ 1 ਦੇ ਵਿੱਚ ਆਉਣਗੇ ਤੁਹਾਡੇ ਕੋਲ ਲਿਸਟ ਆਫ ਹੈਡਿੰਗਸ, ਨਾਲ ਦੀ ਨਾਲ ਤੁਹਾਡੇ ਕੋਲ ਆਉਣਗੇ ਯੈਸ, ਨੋ, ਨੋਟ, ਗਿਵਨ, ਜਿਹੜੇ ਹੋਣਗੇ ਈਜ਼ੀ। ਫਿਰ ਉਸ ਤੋਂ ਬਾਅਦ ਪੈਸੇਜ 2 ਦੇ ਵਿੱਚ ਤੁਹਾਡੇ ਕੋਲ ਆਉਣਗੇ ਟਰੂ, ਫਾਲਸ, ਨੋਟ, ਗਿਵਨ, ਨਾਲ ਦੀ ਨਾਲ ਤੁਹਾਡੇ ਕੋਲ ਬਲੈਂਕਸ ਆ ਸਕਦੇ ਨੇ, ਨੋ ਮੋਰ ਦੈਨ 3 ਵਰਡਸ, ਲਾਈਕ 3 ਵਰਡਸ ਤੋਂ ਜ਼ਿਆਦਾ ਤੁਸੀਂ ਵਿੱਚ ਨਹੀਂ ਫਿਲ ਕਰ ਸਕਦੇ। ਨਾਲ ਦੀ ਨਾਲ ਤੁਹਾਡੇ ਕੋਲ ਕੰਪਲੀਟ ਸੈਂਟੈਂਸਿਸ ਆਉਣਗੇ ਜਿਹੜੇ ਹੋਣਗੇ ਮੋਡਰੇਟ। ਫਿਰ ਉਸ ਤੋਂ ਬਾਅਦ ਪੈਸੇਜ 3 ਦੇ ਵਿੱਚ ਤੁਹਾਡੇ ਕੋਲ ਚਾਂਸਿਸ ਨੇ ਆਉਣ ਦੇ ਵਿੱਚ ਪੈਰਾਗ੍ਰਾਫ ਕੰਟੇਨਸ ਫੋਲੋਇੰਗ ਇਨਫੋਰਮੇਸ਼ਨ ਪਲੱਸ MCQ ਪਲੱਸ ਸਮਰੀ, ਜਿਹੜੇ ਹੋਣਗੇ ਥੋੜ੍ਹੇ ਜਿਹੇ ਟ੍ਰਿਕੀ। ਫਿਰ ਉਸ ਤੋਂ ਬਾਅਦ ਓਵਰਆਲ ਜੇ ਆਪਾਂ ਗੱਲ ਕਰੀਏ, ਓਵਰਆਲ ਆਪਣੇ ਕੋਲ ਜਿਹੜੀ ਰੀਡਿੰਗ ਆਊਗੀ ਉਹ ਆਊਗੀ ਮੋਡਰੇਟ ਅਕੈਡਮਿਕ ਵਾਲਿਆਂ ਦੀ। ਫਿਰ ਉਸ ਤੋਂ ਬਾਅਦ ਆਪਾਂ ਰੀਡਿੰਗ ਦੀ ਗੱਲ ਕਰਾਂਗੇ ਜਨਰਲ ਵਾਲਿਆਂ ਦੀ, ਉਹਨਾਂ ਦੀ ਰੀਡਿੰਗ ਕਿਸ ਤਰ੍ਹਾਂ ਦੀ ਆਊਗੀ। ਸੋ ਫਸਟਲੀ ਆਪਾਂ ਗੱਲ ਕਰਦੇ ਪੈਸੇਜ 1 ਦੀ। ਪੈਸੇਜ 1 ਦੇ ਵਿੱਚ ਚਾਂਸਿਸ ਨਹੀਂ ਆਉਂਦੇ ਯੈਸ, ਨੋ, ਨੋਟ, ਗਿਵਨ, ਨਾਲ ਦੀ ਨਾਲ ਤੁਹਾਡੇ ਕੋਲ ਆ ਸਕਦੇ ਨੇ ਚੂਜ਼ ਕੋਰੈਕਟ ਲੈਟਰ, ਜਿਹੜੇ ਹੋਣਗੇ ਈਜ਼ੀ। ਫਿਰ ਉਸ ਤੋਂ ਬਾਅਦ ਪੈਸੇਜ 2 ਦੇ ਵਿੱਚ ਤੁਹਾਡੇ ਕੋਲ ਚਾਂਸਿਸ ਨਹੀਂ ਆਉਂਦੇ ਲਿਸਟ ਆਫ ਹੈਡਿੰਗਸ ਪਲੱਸ ਕੰਪਲੀਟ ਸੈਂਟੈਂਸਿਸ, ਜਿਹਦਾ ਲੈਵਲ ਹੋਊਗਾ ਮੋਡਰੇਟ। ਫਿਰ ਉਸ ਤੋਂ ਬਾਅਦ ਪੈਸੇਜ 3 ਦੇ ਵਿੱਚ ਤੁਹਾਡੇ ਕੋਲ ਆਉਣਗੇ ਲਿਸਟ ਆਫ ਟਰਮਸ ਵਿਦ ਕੋਰੈਕਟ ਲੈਟਰ A to J, ਨਾਲ ਦੀ ਨਾਲ ਆਉਣਗੇ ਬਲੈਂਕਸ, ਅਤੇ ਤੁਹਾਡੇ ਕੋਲ ਚਾਂਸਿਸ ਨੇ ਫੁੱਲ ਆਉਣ ਦੇ ਕੰਪਲੀਟ ਸਮਰੀ, ਜੋ ਥੋੜ੍ਹੀ ਜਿਹੀ ਟ੍ਰਿਕੀ ਹੋਊਗੀ। ਤਾਂ ਜੇ ਆਪਾਂ ਓਵਰਆਲ ਗੱਲ ਕਰਦੇ ਹਾਂ, ਓਵਰਆਲ ਜਿਹੜੀ ਰੀਡਿੰਗ ਹੋਊਗੀ ਜਨਰਲ ਵਾਲਿਆਂ ਦੀ ਉਹ ਹੋਊਗੀ ਮੋਡਰੇਟ। ਫਿਰ ਉਸ ਤੋਂ ਬਾਅਦ ਰਾਈਟਿੰਗ ਦੀ ਗੱਲ ਕਰਦੇ ਹਾਂ। ਰਾਈਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਅਕੈਡਮਿਕ ਵਾਲਿਆਂ ਦੀ। ਅਕੈਡਮਿਕ ਵਾਲਿਆਂ ਦੇ ਲਈ ਟਾਸਕ 1 ਦੇ ਵਿੱਚ ਤੁਸੀਂ ਕਿਹੜੇ ਕਿਹੜੇ ਟੋਪਿਕ ਤਿਆਰ ਕਰਨੇ ਨੇ, ਲਾਈਨ, ਬਾਰ, ਟੇਬਲ ਔਰ ਪਾਈ, ਇਹ ਟੋਪਿਕ ਤੁਸੀਂ ਤਿਆਰ ਕਰਨੇ ਨੇ, ਇਹਨਾਂ ਦੇ ਵਿੱਚੋਂ ਹੀ ਇਗਜ਼ਾਮ ਦੇ ਵਿੱਚ ਤੁਹਾਡੇ ਕੋਲ ਆਊਗਾ। ਫਿਰ ਉਸ ਤੋਂ ਬਾਅਦ ਜਨਰਲ ਵਾਲਿਆਂ ਦੀ ਗੱਲ ਕਰੀਏ ਟਾਸਕ 1, ਟਾਸਕ 1 ਤੁਹਾਡੇ ਕੋਲ ਆ ਸਕਦੀ ਇਨਫੋਰਮਲ ਲੈਟਰ। ਸੋ ਇਹ ਜਿਹੜੀਆਂ ਲੈਟਰ ਦੀ ਪ੍ਰੈਕਟਿਸ ਤੁਸੀਂ ਜ਼ਿਆਦਾ ਕਰਨੀ ਹੈ ਜਨਰਲ ਵਾਲਿਆਂ ਨੇ। ਫਿਰ ਉਸ ਤੋਂ ਬਾਅਦ ਆਪਾਂ ਟਾਸਕ 2 ਦੇ ਵਿੱਚ ਤੁਸੀਂ ਕਿਹੜੇ ਕਿਹੜੇ ਟੋਪਿਕ ਤਿਆਰ ਕਰਨੇ ਨੇ, ਟੈਕਨੋਲੋਜੀ ਦੇ ਨਾਲ ਕੋਈ ਵੀ ਰਿਲੇਟਡ ਤੁਹਾਡੇ ਤੋਂ ਕੁਝ ਪੁੱਛਿਆ ਜਾ ਸਕਦਾ ਹੈ, ਹੈਲਥ ਨਾਲ ਰਿਲੇਟਡ, ਫੂਡ ਦੇ ਉੱਪਰ ਕੋਈ ਵੀ ਟੋਪਿਕ ਆ ਸਕਦਾ ਔਰ ਐਜੂਕੇਸ਼ਨ। ਸੋ ਇਹ 4 ਟੋਪਿਕ ਤੁਸੀਂ ਤਿਆਰ ਕਰ ਲਿਓ ਇਗਜ਼ਾਮ ਦੇ ਵਿੱਚ, ਇਹਨਾਂ ਵਿੱਚੋਂ ਹੀ ਐਸੇ ਆਊਗਾ। ਫਿਰ ਤੁਹਾਡੇ ਤੋਂ ਕੁਐਸਚਨ ਕਿਸ ਤਰ੍ਹਾਂ ਦੇ ਪੁੱਛੇ ਜਾਣਗੇ, ਵਾਟ ਆਰ ਮੈਰਿਟਸ ਐਂਡ ਡੀਮੈਰਿਟਸ, ਡੂ ਯੂ ਐਗਰੀ ਔਰ ਡਿਸਐਗਰੀ, ਔਰ ਵਾਟ ਆਰ ਕੋਜ਼ਿਸ ਐਂਡ ਇਫੈਕਟਸ। ਸੋ ਤੁਹਾਨੂੰ ਓਵਰਆਲ ਜਿਹੜੀ ਪ੍ਰੈਡਿਕਸ਼ਨ ਹੈ 27th of June ਨੂੰ ਜੋ ਇਗਜ਼ਾਮ ਹੋਣ ਵਾਲਾ ਤੁਹਾਨੂੰ ਪਤਾ ਲੱਗ ਹੀ ਗਈ ਹੋਊਗੀ। ਜੇ ਤੁਹਾਨੂੰ ਲੱਗਦਾ ਹੋਇਆ ਕਿ ਅਸੀਂ ਸਹੀ ਇਨਫੋਰਮੇਸ਼ਨ ਤੁਹਾਨੂੰ ਦਿੰਦੇ ਹਾਂ, ਸਹੀ ਗਾਈਡ ਕਰਦੇ ਹਾਂ, ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਜ਼ਿਆਦਾ ਇਨਫੋਰਮੇਸ਼ਨ ਲੈਣ ਦੇ ਲਈ ਤੁਸੀਂ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹਾਂ, ਸਾਨੂੰ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ। ਅਤੇ ਪਲੀਜ਼ ਸਾਡੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋ, ਅਤੇ ਅਸੀਂ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਵੀਡੀਓਜ਼ ਅਪਲੋਡ ਕਰਾਂਗੇ। ਥੈਂਕ ਯੂ।